ਨਮਸਕਾਰ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਮੈਂ ਹਰਿਚਾ ਗਿਲਹੋਤਰਾ ਪੇਸ਼ ਨਹੀਂ ਹੁਣ ਤੱਕ ਦੀਆਂ ਖਬਰਾਂ 18ਵੀਂ ਲੋਕ ਸਭਾ ਦੇ ਗਠਨ ਲਈ ਰਾਹ ਪਧਰਾ ਹੋ ਗਿਆ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਨਵੀਂ ਦਿੱਲੀ 'ਚ ਰਾਸ਼ਟਰਪਤੀ ਪਵਨ ਵਿਖੇ ਰਾਸ਼ਟਰਪਤੀ ਧਰੋਪਦੀ ਮੁਰਮੂ ਨਾਲ ਮੁਲਾਕਾਤ ਕੀਤੀ ਇਸ ਮੌਕੇ ਤੇ ਚੋਣ ਕਮਿਸ਼ਨਰ ਗਿਆਨੀਸ਼ ਕੁਮਾਰ ਅਤੇ ਸੁਖਬੀਰ ਸਿੰਘ ਸੰਧੂ ਵੀ ਮੌਜੂਦ ਰਹੇ ਚੋਣ ਕਮਿਸ਼ਨ ਵੱਲੋਂ 18ਵੀਂ ਲੋਕ ਸਭਾ ਲਈ ਨਵੇਂ ਚੁਣੇ ਗਏ ਸੰਸਦ ਮੈਂਬਰਾਂ ਦੀ ਵਿਆਪਕ ਸੂਚੀ ਰਾਸ਼ਟਰਪਤੀ ਨੂੰ ਸੌਂਪੀ ਗਈ। ਨਵੇਂ ਸੰਸਦ ਮੈਂਬਰਾਂ ਦੀ ਲਿਸਟ ਮਿਲਨ ਮਗਰੋਂ ਹੁਣ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਸਭ ਤੋਂ ਵੱਡੀ ਪਾਰਟੀ ਨੂੰ ਸਰਕਾਰ ਬਣਾਉਣ ਲਈ ਸੱਦਾ ਦੇਣਗੇ। ਇਹਨਾਂ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ 240 ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਰਹੀ ਹੈ ਪਰ ਉਸ ਦੇ ਗੜਜੋੜ ਦੇ ਪਾਈਵਾਲਾ ਨਾਲ ਮਿਲ ਕੇ ਇਹ ਗਿਣਤੀ 293 ਹੋ ਜਾਂਦੀ ਹੈ। ਰਾਸ਼ਟਰੀ ਜਮਹੂਰੀ ਗੜਜੋੜ ਦੀ ਨਿਤਾਵਾਂ ਨੇ ਕੱਲ ਸਰਸੰਮਤੀ ਨਾਲ ਨਰਿੰਦਰ ਮੋ ਨੂੰ ਆਪਣਾ ਨੇਤਾ ਚੁਣ ਲਿਆ ਸੀ ਜਿਵੇਂ ਕਿ ਰਾਸ਼ਟਰੀ ਜਮਹੂਰੀ ਗੜਜੋਰ ਐਨਡੀਏ ਸਰਕਾਰ ਬਣਾਉਣ ਦੀ ਤਿਆਰੀ ਕਰ ਰਹੀ ਹੈ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜੀਪੀ ਨੱਡਾ ਨੇ ਨਵੀਂ ਦਿੱਲੀ ਵਿੱਚ ਪਾਰਟੀ ਦੇ ਸੀਨੀਅਰ ਨੇਤਾਵਾਂ ਨਾਲ ਮੀਟਿੰਗ ਕੀਤੀ ਮੀਟਿੰਗ ਵਿੱਚ ਸੀਨੀਅਰ ਨੇਤਾ ਅਮਿਤ ਸ਼ਾ

ਉਧਰ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਨਵੀਂ ਦਿੱਲੀ ਸਥਿਤ ਨਿਵਾਸ ਤੇ ਜਨਤਾ ਦਲ ਯੂ ਦੇ ਕਈ ਨੇਤਾ ਪਹੁੰਚ ਰਹੇ ਨੇ ਇਹ ਮੀਟਿੰਗਾਂ ਐਨਡੀਏ ਆਗੂਵਲੋਂ ਸਰਸੰਮਤੀ ਨਾਲ ਨਰਿੰਦਰ ਮੋਦੀ ਨੂੰ ਆਪਣਾ ਆਗੂ ਚੁਣੇ ਜਾਣ ਤੋਂ ਇੱਕ ਦਿਨ ਬਾਅਦ ਹੋਈਆਂ ਨੇ ਜਨਤਾ ਦਲ ਯੂ ਨੇ ਅੱਜ ਕਿਹਾ ਕਿ ਉਸਨੇ ਨਵੀਂ ਐਨਡੀਏ ਸਰਕਾਰ ਦੇ ਮੰਤਰੀ ਮੰਡਲ ਚ ਸ਼ਾਮਲ ਹੋਣ ਨੂੰ ਲੈ ਕੇ ਕੋਈ ਸ਼ਰਤ ਨਹੀਂ ਰੱਖੀ ਪਾਰਟੀ ਦੇ ਬੁਲਾਰੇ ਕੇਸੀ टियाਗੀ ਨੇ ਦੱਸਿਆ ਕਿ ਪਾਸ਼ਪਾ ਪ੍ਰਧਾਨ ਜੀਪੀ ਨੱਡਾ ਅਤੇ ਰਾਜਨਾ ਸਿੰਘ ਨੂੰ ਮੰਤਰੀ ਮੰਡਲ ਦੇ ਗਠਨ ਦੇ ਸਬੰਧ ਇੰਡੀਆ ਗੜਜੋੜ ਦੇ ਪਾਈਵਾਲਾ ਨਾਲ ਗੱਲ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਅਤੇ ਇਸ ਸੰਬੰਧੀ ਮੀਟਿੰਗਾਂ ਹੋ ਰਹੀਆਂ ਨੇ दूरदर्शन ਤੇ ਆਕਾਸ਼ਵਾਨੀ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਨਵੀਂ ਸਰਕਾਰ ਦੇ ਸੋਚ ਚੁੱਕ ਸਮਾਗਮ ਦੇ ਸਿੱਧੇ ਪਰਸਾਰਨ ਤੇ ਪ੍ਰਬੰਧ ਕੀਤੇ ਜਾ ਰਹੇ ਨੇ ਸੂਚਨਾ ਤੇ ਪ੍ਰਸਾਰਣ ਮੰਤਰਾਲਾ ਦੇ ਸਕੱਤਰ ਸੰਜੀਤ ਚਾਜੂ ਪ੍ਰਸਾਰਤ پارٹی ਦੇ ਮੁੱਖ ਕਾਰਜਕਾਰੀ ਅਧਿਕਾਰੀ ਗੌਰਵ ਦਵੇਦੀ ਦੂਰਦਰਸ਼ਨ ਦੇ ਡੀਜੀ ਕੰਚਨ ਪ੍ਰਸਾਦ ਆਕਾਸ਼ਵਾਨੀ ਦੇ ਡੀਜੀ ਮੌਸਮੀ ਚਕਰਵਤੀ ਅਤੇ ਹੋਰ ਉੱਚ ਅਧਿਕਾਰੀਆਂ ਨੇ ਰਾਸ਼ਟਰਪਤੀ ਪਵਨਚ ਹੋਣ ਵਾਲੀ ਸਮਾਗਮ ਦੀ ਕਵਰੇਜ ਬਾਰੇ ਸਪੱਸ਼ਟਿਆ ਕੀਤੀ ਲੋਕ ਸਭਾ ਚੋਣਾਂ ਦੇ ਨਤੀਜੇ ਆਉਣ ਮਗਰੋਂ ਕਾਂਗਰਸ ਨੇ ਵਰਕਿੰਗ ਕਮੇਟੀ ਦੀ ਮੀਟਿੰਗ 8 ਜੂਨ ਨੂੰ ਬੁਲਾਈ ਹੈ ਕਾਂਗਰਸ ਦੇ ਜਨਰਲ ਸਕੱਤਰ ਕੇ ਸੀ ਵੇਨੂ ਗੋਪਾਲ ਨੇ ਇਸ ਬੈਠਕ ਨੂੰ ਲੈ ਕੇ ਅੱਜ ਇੱਕ ਪੱਤਰ ਜਾਰੀ ਕੀਤਾ ਹੈ ਇਹ ਬੈਠਕ ਸ਼ਨੀਵਾਰ ਨੂੰ ਸਵੇਰੇ 11 ਵਜੇ ਸ਼ੁਰੂ ਹੋਵੇਗੀ ਤੇ ਪਾਰਟੀ ਦੇ ਪ੍ਰਧਾਨ ਮਲਕਾਰਜੁਨ ਖੜਗੇ ਇਸ ਬੈਠਕ ਦੀ ਪ੍ਰਧਾਨਗੀ ਕਰਨਗੇ ਸਾਕਾ ਨੀਲਾ ਤਾਰਾ ਦੀ ਚਾਲ ਮਿਬਰਸੀ ਮੌਕੇ ਆਚਮ੍ਰਿਤਸਰ ਸਮੇਤ ਵੱਖ-ਵੱਖ ਥਾਵਾਂ 'ਤੇ ਸੁਰੱਖਿਆ ਦੇ ਕੜੇਰੇ ਇੰਤਜ਼ਾਮ ਕੀਤੇ ਗਏ। ਹਰ ਸਾਲ ਇਸ ਵਰਸੀ ਨੂੰ ਕੱਲੂਕਾਰਾ ਦਿਵਸ ਵਜੋਂ ਮਨਾਇਆ ਜਾਂਦਾ ਹੈ। ਕੱਲੂਕਾਰਾ ਦਿਵਸ ਮੌਕੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸਮਾਗਮ ਹੋਇਆ। ਸ਼੍ਰੀ ਅਖੰਡ ਪਾਠ ਸਾਹਿਬ ਦੀ ਪੋਗ ਮਗਰੋਂ ਰਾਗੀ ਜੱਥੇ ਨੇ ਸੰਗਤ ਨੂੰ ਗੁਰਬਾਣੀ ਕੀਰਤਨ ਨਾਲ ਜੋੜਿਆ। ਇਸ ਮੌਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਨੇ ਕੌਮ ਦੇ ਨਾਂ ਸੰਦੇਸ਼ ਦਿੱਤਾ। ਉਹਨਾਂ ਨੇ ਕਿਹਾ ਕਿ ਪੰਥ ਅਤੇ ਪੰਜਾਬ ਦੇ ਸਿਆਸੀ, ਪੂਗੋਲੇ, ਆਰਥਿਕ ਹੱਕਾਂ ਵਾਸਤੇ ਦਿੱਲੀ ਬਾਰ-ਬਾਰ ਹੱਥ ਅੰਡ ਬਜਾਏ ਖਾਲਸਾਈ ਹਲੇਮੀ ਰਾਜ ਦੇ ਸੰਕਲਪ ਨੂੰ ਪ੍ਰਣਾਈ ਸੇਕ ਰਾਜਨੀਤੀ ਨੂੰ ਪਰਫੁੱਲਿਤ ਕਰਨ ਦੀ ਲੋਟੇ ਜ਼ੋਰ ਦਿੱਤਾ ਉਹਨਾਂ ਕਿਹਾ ਕਿ ਬੰਦੀ ਸਿੰਘਾਂ ਨੂੰ ਰਿਹਾ ਨਾ ਕਰਨਾ ਤੇ ਨਵੰਬਰ 1984 ਦੀ ਸਿਕਨ ਅਸਲ ਖੁਸ਼ੀ ਦੇ ਦੋਸ਼ੀਆਂ ਨੂੰ 40 ਸਾਲਾਂ ਬਾਅਦ ਵੀ ਸਜ਼ਾ ਮਾ ਨਾ ਦੇਣਾ ਭਾਰਤੀ ਹਕੂਮਤ ਦਾ ਸਿੱਖਾਂ ਨਾਲ ਅਨਿਆਪੂਰਨ ਵਤੀਰਾ ਹੈ ਇਸ ਦੌਰਾਨ ਕੁਝ ਕੱਟਰਪੰਥੀਆਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਅਗੇ ਨਾਰੇਬਾਜ਼ੀ ਕੀਤੀ ਪ੍ਰਦਰਸ਼ਨ ਦੌਰਾਨ ਜਰਨੈਲ ਸਿੰਘ ਪਿੰਡਰਵਾਲੇ ਦੇ ਪੋਸਟਰ ਲਹਿਰਾਏ ਗਏ ਤੇ ਖਾਲਿਸਤਾਨ ਪੱਖੀ ਨਾਰੇ ਵੀ ਲਗਾਏ ਗਏ ਉਧਰ ਦਲਖਾਲ ਸਵਲੋਂ ਦਿੱਤੇ ਗਏ ਅੰਮ੍ਰਿਤਸਰ ਬੰਦੇ ਸਦੇ ਦੌਰਾਨ ਸ਼ਹਿਰ ਦੇ ਵੱਖ-ਵੱਖ ਖੇਤਰਾਂ ਖਾਸ ਕਰ ਅੰਦਰੂਨੀ ਸ਼ਹਿਰ ਚ ਦੁਕਾਨਾਂ ਤੇ ਵਪਾਰਕ ادارے ਬੰਦ ਰਏ ਜ਼ਿਆਦਾਤਰ ਲੋਕਾਂ ਨੇ ਇਤਿਹਾਸ ਨੂੰ ਮੁੱਖ ਰੱਖਦੇ ਹੋਏ ਅੱਜ ਦੁਕਾਨਾਂ ਬੰਦ ਰੱਖੀਆਂ ਕਿਸੇ ਥਾਂ ਤੋਂ ਕੋਈ ਜ਼ਬਰੀ ਦੁਕਾਨ ਬੰਦ ਕਰਾਉਂਦੀ ਕੋਈ ਸੂਚਨਾ ਨਹੀਂ ਹੈ ਪਾਕਿਸਤਾਨ ਹਾਈ ਕਮਿਸ਼ਨ ਨੇ ਆਪਣੇ ਦੇਸ਼ ਵਿੱਚ ਪੰਚਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੇ ਸਬੰਧ ਕਰਵਾਏ ਜਾਣ ਵਾਲੇ ਸਾਲਾਨਾ ਸਮਾਗਮਾਂ 'ਚ ਹਿੱਸਾ ਲੈਣ ਲਈ ਭਾਰਤ ਦੇ 962 ਸਿਰਦਾਲਵਾਂ ਨੂੰ ਵੀਜ਼ੇ ਜਾਰੀ ਕੀਤੇ ਨੇ ਪਾਕਿਸਤਾਨ ਹਾਈ ਕਮਿਸ਼ਨ ਨੇ 8 ਤੋਂ 17 ਜੂਨ ਦੇ ਦਰਮਿਆਨ ਹੋਣ ਵਾਲੇ ਸਮਾਗਮਾਂ ਲਈ ਇਹ ਵੀਜ਼ੇ ਜਾਰੀ ਕੀਤੇ ਨੇ ਨਿਊ ਚੰਡੀਗੜ੍ਹ ਵਿੱਚ ਹੋਏ ਇੱਕ ਇਤਿਹਾਸਕ ਸਮਾਗਮ 'ਚ ਹੋਮੀ ਪਾਬਾ ਕੈਂਸਰ ਹਸਪਤਾਲ ਤੇ ਖੋਜ ਕੇਂਦਰ ਮੁਰਵਸੀਬਾ ਕਾਉਂਸਲ ਤੇ ਪ੍ਰਬੰਧਨ ਅਤੇ ਟੈਕਨੋਲੋਜੀ ਦੇ ਖੇਤਰੀ ਸੰਸਥਾਨ ਰਿਮਟ ਯੂਨੀਵਰਸਿਟੀ ਵਿਚਾਲੇ ਇੱਕ ਸਮਝੌਤੇ ਉੱਪਰ ਦਸਤਖਤ ਕੀਤੇ ਗਏ। ਇਸ ਸਹਿਮਤੀ ਪੱਤਰ 'ਚ ਅਕਾਦਮਿਕ ਸਹਿਯੋਗ, ਵਿਦਿਅਕ ਪ੍ਰੋਗਰਾਮਾਂ, ਪਾਠਕ੍ਰਮ ਵਿਕਾਸ ਅਤੇ ਅਧਿਆਪਨ ਵਿਧੀਆਂ ਨੂੰ ਵਿਕਸਤ ਅਤੇ ਬਣਾਉਣਾ ਸ਼ਾਮਲ ਹੈ। ਇਸ ਵਿੱਚ ਸਹਿਯੋਗੀ ਖੋਜ ਸੰਯੁਕਤ ਖੋਜ ਪ੍ਰੋਜੈਕਟਾਂ ਨੂੰ ਵੀ ਸ਼ਾਮਲ ਕੀਤਾ ਗਿਆ। ਇਸ ਦਾ ਮੰਤਵ ਖਾਸ ਤੌਰ ਤੇ ਟੈਕਨੋਲੋਜੀ ਤੇ ਸੰਬੰਧਨ ਮੈਡੀਕਲ ਵਿਗਿਆਨ ਦੇ ਖੇਤਰ 'ਚ ਤੇ ਸਹਿਯੋਗ ਦੇ ਸੰਚਿਤ ਤੌਰ ਤੇ ਬੋਦੀ ਸੰਪਤੀ ਅਧਿਕਾਰਾਂ ਨੂੰ ਸੁਰੱਖਿਅਤ ਕਰਨਾ ਸਮਝੌਤੇ ਉੱਪਰ ਰਿਮੰਟ ਯੂਨੀਵਰਸਿਟੀ ਦੇ ਪ੍ਰੋਫੈਸਰ ਵਾਈਸ ਟਰਾਂਸਫਰ ਡਾਕਟਰ ਵਿਜੇ ਅਗਰਵਾਲ, ਹੂਮੀਪਾਪਾ ਕੈਂਸਰ ਹਸਪਤਾਲ ਦੇ ਡਾਇਰੈਕਟਰ ਅਸ਼ੀਸ਼ ਗੁਲੀਆ ਅਤੇ ਮੁਰਵ ਸੇਵਾ ਕਾਉਂਸਲ ਦੇ ਡਾਕਟਰ ਆਰ ਐਸ ਬਰਾੜ ਮੌਜੂਦ ਸਨ ਇਹਨਾਂ ਸੰਸਥਾਵਾਂ ਵਿੱਚ ਇਹ ਸਹਿਯੋਗ ਅਕਾਦਮਿਕ ਸ਼ਕਤੀਆਂ ਨੂੰ ਕਲੀਨਿਕਲ ਮਹਾਰਤ ਨਾਲ ਜੋੜਨ ਲਈ ਇੱਕ ਰਣਨੀਤਕ ਕਦਮ ਨੇ ਤੇ ਇਸ ਨਾਲ ਹੀ ਖਬਰਾਂ ਦਾ ਐਬਲਟਿਨ ਖਤਮ ਹੁੰਦਾ ਹੈ ਜੀ ਆਸਾਦੀਓ ਨਮਸਕਾਰ